ਕੀ ਦੱਸਾਂ ਮੈਂ ਪਿਆਰ ਚ ਕੀ ਮਜਬੂਰੀਆਂ ਨੇ। ਮੁਮਲਿਕਤ ਖੁਦਾ ਦਾਦੇ ਪਾਕਿਸਤਾਨ ਰੱਬੇ ਕਰੀਮ ਕੀ ਇੱਕ ਬੇਸ਼ਬਹਾ ਅਤਾ ਹੈ, ਜੋ ਕਿ ਮੁਖਤਲਿਫ ਕੌਮੀਅਤੋਂ ਕੀ ਇੱਕ ਖੂਬਸੂਰਤ ਮਾਲਾ ਹੈ, ਜਿਸ ਕਾ ਹਰ ਗੋਹਰ ਨਾਯਾਬ ਹੈ। ਅਮੀਰ ਹੁਕਮਰਾਨੋ ਕੇ ਗਰੀਬ ਮੁਲਕ ਮੇ ਟੈਲੈਂਟ ਬੇਯਾਰੋ ਮਦਦਗਾਰ ਮਸਾਇਬ ਕੇ ਢੇਰ ਪਰ ਆਪਣੇ ਬੱਚੋਂ ਕਾ ਪੇਟ ਭਰਨੇ ਕੇ ਲੀਏ ਲਾਹੌਰ ਕੀ ਮਿੰਟ ਗੁਮਰੀ ਰੋਡ ਪੇ, ਜੋ ਕਿ ਪੀ ਟੀ ਵੀ ਔਰ ਰੇਡੀਓ ਪਾਕਿਸਤਾਨ ਕੇ ਅਕਬ ਮੇ ਵਾਕਿਆ ਹੈ, ਮੁਹੰਮਦ ਅਲੀ ਵਹਾਂ ਕਈ ਬਰਸੋਂ ਸੇ ਗਾੜੀਓਂ ਕੇ ਵਾਈਪਰ ਤਬਦੀਲ ਕਰਕੇ ਆਪਣੇ ਬੱਚੋਂ ਕਾ ਪੇਟ ਪਾਲਤਾ ਹੈ ਔਰ ਉਸਕੇ ਸਾਥ ਸਾਥ ਆਪਣੀ ਆਵਾਜ਼ ਕਾ ਜਾਦੂ ਜਗਾਤਾ ਹੈ। ਸਿਆਸਤਦਾਨੋਂ ਕੇ ਬੇਸ਼ੁਮਾਰ ਅਹਿਦੋ ਪੇਮਾ ਕੇ ਬਾਵਜੂਦ ਆਜ ਵੀ ਵੋ ਕਲਚਰਲ ਮਿਨਿਸਟਰੀ ਮੇ ਬੈਠੇ ਅਰਬਾਬੇ ਇਕਤਦਾਰੋ ਅਖਤਿਆਰ ਮੁਲਕ ਕਾ ਬੜਾ ਬਜਟ ਹਵਾਓਂ ਔਰ ਫਿਜ਼ਾਓਂ ਮੇ ਉੜਾ ਦੇਤੇ ਹੈ, ਜਬਕਿ ਪੰਜਾਬ ਸੈਕਟੇਰੀਏਟ ਤੱਕ ਮੁਹੰਮਦ ਅਲੀ ਕੀ ਆਵਾਜ਼ ਆਜ ਤੱਕ ਨਾ ਪਹੁੰਚ ਸਕੀ। ਤਾਰੇ ਗਿਣਨੇ ਪੈਂਦੇ ਨੀਂਦ ਆਉਂਦੀਆਂ ਨੀ, ਵਿੱਚ ਉਡੀਕਾਂ ਰਹਿੰਦੀਆਂ ਅੱਖੀਆਂ ਸੌਂਦੀਆਂ ਨਹੀਂ, ਵਿੱਚ ਉਡੀਕਾਂ ਰਹਿੰਦੀਆਂ ਅੱਖੀਆਂ ਸੌਂਦੀਆਂ ਨਹੀਂ। ਅੱਖੀਆਂ ਹੋ ਜਾਣ ਚਾਰ ਤੇ ਸੋਹਣਾ ਭੁੱਲ ਜਾਂਦਾ, ਹੋ ਜਾਵੇ ਜੇ ਪਿਆਰ ਤੇ ਸੋਹਣਾ ਭੁੱਲ ਜਾਂਦਾ, ਹੋ ਜਾਵੇ ਜੇ ਪਿਆਰ ਤੇ ਸੋਹਣਾ ਭੁੱਲ ਜਾਂਦਾ। ਲੇਖਾਂ ਦੇ ਵਿੱਚ ਲਿਖੀਆਂ ਦੂਰੀਆਂ ਦੂਰੀਆਂ ਨੇ, ਕੀ ਦੱਸਾਂ ਮੈਂ ਪਿਆਰ ਚ ਕੀ ਮਜਬੂਰੀਆਂ ਨੇ, ਕੀ ਦੱਸਾਂ ਮੈਂ ਪਿਆਰ ਚ ਕੀ ਮਜਬੂਰੀਆਂ ਨੇ। ਘਰ ਚ ਜਾਵੇ ਹਾਰ ਤੇ ਸੋਹਣਾ ਭੁੱਲ ਜਾਂਦਾ, ਹੋ ਜਾਵੇ ਜੇ ਪਿਆਰ ਤੇ ਸੋਹਣਾ ਭੁੱਲ ਜਾਂਦਾ।